ਅਸਲਾਮ ਅਲੈਕੁਮ ਦੋਸਤੋ, ਸਵਾਗਤ ਹੈ ਤੁਹਾਡਾ ਫਕੀਰੀ ਰੰਗ ਚੈਨਲ ਦੇ ਵਿੱਚ। ਇੱਕ ਵਾਰੀ ਫਿਰ ਹਾਜ਼ਰ ਹਾਂ ਆਪ ਜੀ ਦੀ ਖਿਦਮਤ ਦੇ ਵਿੱਚ ਕੁਝ ਨਵੇਂ ਵਿਚਾਰਾਂ ਦੇ ਨਾਲ। ਬਹੁਤ ਸਾਰੇ ਦੋਸਤਾਂ ਦੇ ਨਾਲ ਰੋਜ਼ ਗੱਲ ਹੁੰਦੀ ਹੈ ਇੰਸਟਾਗ੍ਰਾਮ ਦੇ ਉੱਪਰ, ਤੇ ਬਹੁਤ ਸਾਰੇ ਦੋਸਤ ਇਬਾਦਤ ਕਰਦੇ ਨੇ, ਮਨ ਬਹੁਤ ਖੁਸ਼ ਹੁੰਦਾ ਕਿ ਜਦੋਂ ਦੋਸਤ ਕਹਿੰਦੇ ਨੇ ਕਿ ਅਸੀਂ ਇਬਾਦਤ ਕਰਦੇ ਹਾਂ, ਇਬਾਦਤ ਦੇ ਵਿੱਚ ਬਹਿੰਦੇ ਹਾਂ, ਸਵੇਰੇ ਬਹਿੰਦੇ ਹਾਂ, ਕੋਈ ਸ਼ਾਮ ਨੂੰ ਬਹਿੰਦਾ, ਕੋਈ ਕਿਸੇ ਤਰ੍ਹਾਂ ਸਰਕਾਰਾਂ ਨੂੰ ਯਾਦ ਕਰਦਾ, ਕੋਈ ਕਿਸੇ ਤਰ੍ਹਾਂ ਸਰਕਾਰਾਂ ਨੂੰ ਯਾਦ ਕਰਦਾ, ਮਨ ਬਹੁਤ ਸਕੂਨ ਦੇ ਨਾਲ ਭਰਦਾ ਕਿ ਚਲੋ ਕੁਝ ਤਾਂ ਰੂਹਾਂ ਹਨ, ਕੁਝ ਗੁੱਡੀਆਂ ਨੇ, ਕੁਝ ਸਾਡੀਆਂ ਬੇਟੀਆਂ ਕਹਿ ਲਓ ਕਿ ਉਹ ਛੋਟੀਆਂ ਛੋਟੀਆਂ ਬੱਚੀਆਂ ਵੀ ਕੁਝ ਨੇ, ਕੁਝ ਅਨਮੈਰਿਡ ਨੇ, ਕੁਝ ਮੈਰਿਡ ਨੇ, ਜਿਹੜੀਆਂ ਕਿ ਇਬਾਦਤ ਦੇ ਵਿੱਚ ਬਹੁਤ ਆਨੰਦ ਦੇ ਨਾਲ, ਬਹੁਤ ਸਕੂਨ ਦੇ ਨਾਲ ਇਬਾਦਤ ਕਰਦੀਆਂ ਨੇ ਉਸ ਮਾਲਕ ਦੀ। ਤੋ ਦਾਤਾ ਸਾਰਿਆਂ ਤੇ ਕਰਮ ਕਰੇ, ਇਬਾਦਤ ਕਰਨ ਦਾ ਵੱਲ ਸਭ ਨੂੰ ਬਖਸ਼ੇ। ਅੱਜ ਛੋਟੀ ਜਿਹੀ ਵੀਡੀਓ ਦੇ ਵਿੱਚ ਮੈਂ ਗੱਲ ਕਰਾਂ ਕਿ ਇਬਾਦਤ ਕਰਨ ਦਾ ਅਸਲੀ ਟਾਈਮ ਕਦੋਂ ਹੈ, ਸਹੀ ਟਾਈਮ ਸਹੀ ਸਮਾਂ ਇਬਾਦਤ ਕਰਨ ਦਾ ਕਿਹੜਾ ਹੈ। ਜਦੋਂ ਬੰਦਾ ਜਵਾਨੀ ਦੇ ਵਿੱਚ ਹੁੰਦਾ ਹੈ, ਕਹਿ ਲਓ ਕਿ 22 ਸਾਲ ਤੋਂ, 22 ਸਾਲ ਤੋਂ ਲੈ ਕੇ 35-40 ਸਾਲ ਦੇ ਵਿੱਚ ਵਿੱਚ ਉਹ ਸਮਾਂ ਹੁੰਦਾ ਅਸਲ ਇਬਾਦਤ ਦਾ। ਉਹ ਮਾਲਕ ਚਾਹੁੰਦਾ ਕਿ ਜਵਾਨੀ ਦੇ ਵਿੱਚ ਇਬਾਦਤ ਕਰੇ ਕੋਈ ਬੰਦਾ, ਕਿਉਂਕਿ ਜਵਾਨੀ ਦੇ ਵਿੱਚ ਆਪਾਂ ਇਬਾਦਤ ਕਰਾਂਗੇ, ਕਲਮਾ ਕਰਾਂਗੇ ਸਰਕਾਰ ਜੀ ਦਾ, ਆਪਾਂ ਕਿੰਨਾ ਟਾਈਮ ਚਾਹੀਏ ਉਨਾ ਟਾਈਮ ਬੈਠ ਸਕਦੇ ਹਾਂ, ਆਪਣੇ ਪੈਰ ਨਹੀਂ ਸੌਣਗੇ, ਆਪਣੀਆਂ ਲੱਤਾਂ ਨਹੀਂ ਦੁਖਣਗੀਆਂ, ਆਪਣੇ ਦਰਦ ਨਹੀਂ ਹੋਵੇਗੀ ਕਿਸੇ ਪਾਰਟ ਦੇ ਵਿੱਚ, ਆਪਾਂ ਬੈਠ ਸਕਦੇ ਹਾਂ ਉਸ ਮਾਲਕ ਦੀ ਇਬਾਦਤ ਕਰਨ ਦੇ ਲਈ। ਤੇ ਜਦੋਂ ਆਪਾਂ ਬੁਢਾਪੇ ਦੇ ਵਿੱਚ ਕਹੀਏ ਕਿ ਆਪਣੇ ਕਦੀ ਪੈਰ ਸੌਂ ਜਾਂਦੇ, ਕਦੀ ਲੱਤਾਂ ਦੁਖਣ ਲੱਗ ਪੈਂਦੀਆਂ, ਕਦੀ ਸਹਾਰਾ ਚਾਹੀਦਾ, ਸੋ ਸਭ ਤੋਂ ਵਧੀਆ ਜਿਹੜਾ ਸਮਾਂ ਹੈ ਇਬਾਦਤ ਕਰਨ ਦਾ ਉਹ ਜਵਾਨੀ ਦਾ ਹੈ। ਸਾਨੂੰ ਜਿੰਨੇ ਵੀ ਦੋਸਤ ਜੁੜਨੇ ਉਹ ਜੰਗ ਨੇ, ਇਸ ਸਮੇਂ ਨੂੰ ਆਪਾਂ ਸੰਭਾਲ ਲਿਆ, ਮਨ ਨੂੰ ਉਸ ਦਾਤਾ ਦੇ ਵੱਲ ਲਾ ਲਿਆ, ਤਾਂ ਫਿਰ ਬੁਢਾਪਾ ਵੀ ਸੌਖਾ ਹੋਵੇਗਾ ਤੇ ਫਿਰ ਆਉਣ ਵਾਲਾ ਸਮਾਂ ਵੀ ਸੌਖਾ ਹੋਵੇਗਾ। ਜਿਹਨੇ ਸ਼ੁਰੂਆਤ ਚੰਗੀ ਕਰ ਲਈ ਉਹਦਾ ਅੰਤ ਚੰਗਾ ਹੀ ਹੋਵੇਗਾ। ਜਿਹਨੇ ਸ਼ੁਰੂ ਵਧੀਆ ਤਰੀਕੇ ਨਾਲ ਗੱਲ ਆਪਣੀ ਜ਼ਿੰਦਗੀ ਨੂੰ ਕਰ ਲਿਆ ਤੇ ਉਹਦਾ ਅੰਤ ਵੀ ਵਧੀਆ ਤਰੀਕੇ ਨਾਲ ਹੋਵੇਗਾ। ਕਿਉਂਕਿ ਬੁਢਾਪਾ, ਜਦੋਂ ਕਈ ਲੋਕ ਇੱਦਾਂ ਹੁੰਦੇ ਨੇ ਕਿ ਜਵਾਨੀ ਵਿੱਚ ਕਦੀ ਯਾਦ ਨਹੀਂ ਕੀਤਾ, ਬੁਢਾਪੇ ਵਿੱਚ ਜਾ ਕੇ ਰੱਬ ਰੱਬ ਕਰਦੇ ਨੇ, ਉਸ ਵਕਤ ਬੰਦਾ ਕਿਸੇ ਕੰਮ ਕਰਨ ਜੋਗਾ ਨਹੀਂ ਰਹਿੰਦਾ, ਤਾਂ ਫਿਰ ਮੰਜੇ ਤੇ ਪਿਆ ਰੱਬ ਰੱਬ ਕਰਨ ਜੋਗਾ ਹੀ ਰਹਿ ਜਾਂਦਾ ਤੇ ਉਸ ਵੇਲੇ ਰੱਬ ਰੱਬ ਕੀਤੀ ਰੱਬ ਨਹੀਂ ਮਿਲਦਾ। ਕਿਉਂਕਿ ਮਾਲਕ ਕਹਿੰਦਾ ਹੁਣ ਤਾਂ ਤੂੰ ਰਹਿ ਇਸ ਕੰਮ ਜੋਗਾ ਗਿਆ, ਕਿਤੇ ਆ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ। ਜਵਾਨੀ ਦੇ ਵਿੱਚ ਤੁਸੀਂ ਘਰ ਦੇ ਕੰਮ ਵੀ ਕਰਕੇ ਫਿਰ ਵੀ ਉਸ ਦਾਤੇ ਲਈ ਸਮਾਂ ਕੱਢਣਾ, ਫਿਰ ਉਹ ਮਾਲਕ ਖੁਸ਼ ਹੁੰਦਾ। ਸੋ ਨਿੱਕੀ ਜਿਹੀ ਵੀਡੀਓ ਵਿੱਚ ਆਸ ਕਰਾਂਗੇ ਆਪ ਜੀ ਨੂੰ ਪਸੰਦ ਆਵੇਗੀ। ਤੋ ਜਲਦ ਹਾਜ਼ਰ ਹੋਵਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।